ਬਾਇਓਲੋਜੀ ਕੀ ਫਰਕ ਹੈ? ਮੇਰਾ ਨਾਮ ਅਜੋਲੀ ਕੌਰ ਹੈ ਅਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਹੱਕ ਦੀ ਕਮਾਈ ਸੁਣਾਉਣ ਜਾ ਰਹੀ ਹਾਂ। ਭਾਈ ਲਾਲੋ ਨੂੰ ਭਾਈ ਸੱਜਣ ਨੂੰ ਸਿੱਖੀ ਦਾਨ ਬਖਸ਼ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸਨੂੰ ਲੱਗੀ ਅਤੇ ਪੁਰਕਰਮੀ ਜੀਵਨ ਤੋਂ ਪਰ ਉਪਕਾਰੀ ਧਰਮਾਤਮਾ ਬਣਾਇਆ ਅਤੇ ਭਾਈ ਮਰਦਾਨਾ ਜੀ ਨਾਲ ਪਹਿਲੀ ਉਦਾਸੀ ਦੇ ਅਗਲੇ ਪੜਾਅ ਸਹਿਦਪੁਰ ਜਿਸਨੂੰ ਅਹਿਮਦਾਬਾਦ ਵੀ ਕਹਿੰਦੇ ਹਨ ਵੱਲ ਨੂੰ ਰੁਕ ਕੀਤਾ। ਤਲਵੰਡੀ ਤੋਂ ਚੱਲ ਕੇ ਦੋਵੇਂ ਭਾਈ ਲਾਲੋ ਦੇ ਘਰ ਅਹਿਮਦਾਬਾਦ ਪਹੁੰਚੇ। ਭਾਈ ਲਾਲੋ ਨੇ ਉਹਨਾਂ ਲਈ ਮੰਜੀ ਵਿਛਾ ਦਿੱਤੀ ਅਤੇ ਭੋਜਨ ਤਿਆਰ ਕਰਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਰਸੋਈ ਵਿੱਚ ਆ ਕੇ ਭੋਜਨ ਛਕੋ। ਗੁਰੂ ਜੀ ਨੇ ਕਿਹਾ, ਭਾਈ ਲਾਲੋ ਸਾਡੇ ਲਈ ਤਾਂ ਹਰ ਤਾਂ ਹੀ ਪਵਿੱਤਰ ਹੈ, ਭੋਜਨ ਇੱਥੇ ਹੀ ਲੈ ਆ। ਗੁਰੂ ਜੀ ਦੇ ਕਹਿਣ ਉੱਤੇ ਸਾਰਿਆਂ ਨੇ ਇੱਕ ਤਾਂ ਬੈਠ ਕੇ ਭੋਜਨ ਛਕਿਆ। ਭਾਈ ਮਰਦਾਨਾ ਜੀ ਨੇ ਪੁੱਛਿਆ, ਗੁਰੂ ਜੀ ਇਸ ਭੋਜਨ ਵਿੱਚੋਂ ਅੰਮ੍ਰਿਤ ਸਵਾਦ ਆ ਰਿਹਾ ਸੀ, ਇਸ ਵਿੱਚ ਕੀ ਪਾਇਆ ਸੀ? ਗੁਰੂ ਜੀ ਨੇ ਉੱਤਰ ਦਿੱਤਾ, ਭਾਈ ਮਰਦਾਨਿਆ ਇਹ ਇੱਕ ਹਲਾਲ ਦੀ ਕਮਾਈ ਦਾ ਸਵਾਦ ਸੀ ਜਿਹਨਾਂ ਤੋਂ ਛਕਿਆ ਸੀ। ਇਹ ਸਵਾਦ ਦੁਨੀਆਂ ਦੇ ਪਦਾਰਥਾਂ ਦੇ ਸਵਾਦ ਤੋਂ ਫਰਕ ਹੈ। ਤੀਜੇ ਦਿਨ ਜਦੋਂ ਗੁਰੂ ਜੀ ਜਾਣ ਲਈ ਤਿਆਰ ਹੋਏ, ਭਾਈ ਲਾਲੋ ਨੇ ਬੇਨਤੀ ਕਰਕੇ ਉਹਨਾਂ ਨੂੰ ਇੱਕ ਮਹੀਨੇ ਲਈ ਰੱਖ ਲਿਆ। ਗੁਰੂ ਜੀ ਭਾਈ ਲਾਲੋ ਨੂੰ ਕਰਤਾਰ ਦੀਆਂ ਗੱਲਾਂ ਬਾਤਾਂ ਦੱਸਦੇ। ਇੱਕ ਦਿਨ ਸ਼ਹਿਰ ਦੇ ਇੱਕ ਵੱਡੇ ਸਰਕਾਰੀ ਕਰਮਚਾਰੀ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ। ਉਸਨੇ ਗੁਰੂ ਜੀ ਨੂੰ ਵੀ ਬ੍ਰਹਮ ਭੋਜ ਲਈ ਸੱਦਾ ਭੇਜਿਆ। ਗੁਰੂ ਜੀ ਨੇ ਇਹ ਕਹਿ ਕੇ ਨਾ ਕਰ ਦਿੱਤੀ, ਅਸੀਂ ਤਾਂ ਫਕੀਰ ਹੈ, ਸਾਡਾ ਬ੍ਰਹਮ ਭੋਜ ਨਾਲ ਕੀ ਵਾਸਤਾ। ਮਲਕ ਭਾਗੋ ਦੇ ਦੁਬਾਰਾ ਬ੍ਰਹਮ ਭੋਜ ਲਈ ਸੱਦਾ ਭੇਜਣ ਉੱਤੇ ਗੁਰੂ ਜੀ ਭਾਈ ਲਾਲੋ ਨੂੰ ਨਾਲ ਲੈ ਕੇ ਬ੍ਰਹਮ ਭੋਜ ਵਿੱਚ ਪੁੱਜ ਗਏ। ਮਲਕ ਭਾਗੋ ਨੇ ਗੁਰੂ ਜੀ ਨੂੰ ਬੜੇ ਗੁੱਸੇ ਵਿੱਚ ਕਿਹਾ, ਤਰਖਾਨ ਦੇ ਘਰ ਸੁੱਕੀਆਂ ਰੋਟੀਆਂ ਖਾ ਕੇ ਤੂੰ ਕਰਾਹ ਪੂਰੇ ਤੋਂ ਨਾ ਕਿਉਂ ਕਰ ਰਿਹਾ ਹੈ? ਗੁਰੂ ਜੀ ਨੇ ਮਲਕ ਭਾਗੋ ਨੂੰ ਸਮਝਾਉਣ ਲਈ ਸੱਜੇ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਫੜ ਲਈ ਤੇ ਖੱਬੇ ਹੱਥ ਵਿੱਚ ਮਲਕ ਭਾਗੋ ਦਾ ਪੂਰਾ ਫੜ ਲਿਆ। ਸੱਜਾ ਹੱਥ ਕਰੀਬਾ ਵੱਲ ਕਰਕੇ ਖੁੱਟਿਆ ਤਾਂ ਉਹਦੇ ਵਿੱਚੋਂ ਹੱਕ ਦੀ ਕਮਾਈ ਦਾ ਦੁੱਧ ਚੋਰਿਆ ਸੀ। ਜਦੋਂ ਗੁਰੂ ਜੀ ਖੱਬੇ ਹੱਥ ਨੀਰਾ ਵੱਲ ਕਰਕੇ ਖੁੱਟਿਆ ਤਾਂ ਦੇਖਣ ਵਾਲਿਆਂ ਨੇ ਉਸ ਵਿੱਚੋਂ ਖੂਨ ਵਗਦਾ ਨਜ਼ਰ ਆਇਆ। ਗੁਰੂ ਜੀ ਨੇ ਕਿਹਾ, ਦੇਖ ਮਲਕ ਭਾਗੋ, ਕਰੀਬਾ ਉੱਤੇ ਜ਼ੁਲਮ ਕਰਕੇ ਇਕੱਠਾ ਕੀਤਾ ਕਾਰਨ ਉਹਨਾਂ ਦਾ ਖੂਨ ਚੂਸਣ ਦੇ ਬਰਾਬਰ ਹੈ। ਗਰੀਬਾਂ ਪਾਸੋਂ ਇਸ ਤਰ੍ਹਾਂ ਇਕੱਠਾ ਕੀਤਾ ਕਾਰਨ ਖੂਨ ਕਰਨ ਨਾਲ ਪਵਿੱਤਰ ਨਹੀਂ ਬਣਦਾ, ਉਹ ਕਮਾਇਆ ਕਾਰਨ ਗਰੀਬਾਂ ਦਾ ਖੂਨ ਹੀ ਰਹਿੰਦਾ ਹੈ। ਤੂੰ ਮੈਨੂੰ ਦੁੱਧ ਵਰਗੀ ਪਵਿੱਤਰ ਵਸਤੂ ਛੱਡ ਕੇ ਖੂਨ ਵੀ ਸੱਦਾ ਦਿੱਤਾ ਸੀ, ਇਹ ਮੈਂ ਕਿਵੇਂ ਸਵੀਕਾਰ ਕਰ ਸਕਦਾ ਸੀ? ਗੁਰੂ ਸਾਹਿਬ ਜੀ ਦਾ ਇਹ ਅਪੰਤਕ ਦੇਖ ਕੇ ਮਲਕ ਭਾਗੋ ਦੀਆਂ ਅੱਖਾਂ ਖੁੱਲ ਗਿਆ। ਉਸਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਆਪਣੀਆਂ ਭੁੱਲਾਂ ਦੀ ਮਾਫ਼ੀ ਮੰਗੀ। ਗੁਰੂ ਜੀ ਨੇ ਮਲਕ ਭਾਗੋ ਨੂੰ ਨਾਮਦਾਨ ਬਖਸ਼ਿਆ ਤੇ ਉਸਨੂੰ ਪੁਰਾਣੀ ਪਾਪ ਦੀ ਕਮਾਈ ਗਰੀਬਾਂ ਵਿੱਚ ਵੰਡ ਦੇਣ ਦਾ ਹੁਕਮ ਕਰ ਦਿਆ। ਅੱਗੋਂ ਵਾਸਤੇ ਧਰਮ ਦਾ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਜੀ ਵੱਲੋਂ ਮਲਕ ਭਾਗੋ ਨੂੰ ਦਿੱਤਾ ਉਪਦੇਸ਼ ਸਾਰੀ ਮਨੁੱਖਤਾ ਵਾਸਤੇ ਪਵਿੱਤਰ ਅਤੇ ਸੇਵਾ ਭਾਵ ਵਾਲੇ ਜੀਵਨ ਲਈ ਸੇਧ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ।